ਲੁਧਿਆਣਾ ਦੇ ਸਪ੍ਰਿੰਗਡੇਲ ਪਬਲਿਕ ਸਕੂਲ 'ਚ 38ਵਾਂ ਐਨੂਅਲ ਫੰਕਸ਼ਨ ਬੜੇ ਹੀ ਧੂਮਧਾਮ ਨਾਲ ਮਨਾਇਆ ਗਿਆ, ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ 'ਤੇ ਲੁਧਿਆਣਾ ਦੇ ਸੈਸ਼ਨ ਜੱਜ ਗੁਰਵੀਰ ਸਿੰਘ ਅਤੇ ACP ਟ੍ਰੈਫਿਕ ਗੁਰਦੇਵ ਸਿੰਘ ਨੇ ਮੁੱਖ ਮਹਿਮਾਨ ਸ਼ਿਰਕਤ ਕੀਤੀ। ਇਸ ਮੌਕੇ ਸੈਸ਼ਨ ਜੱਜ ਦੁਆਰਾ ਉੱਚ ਅੰਕ ਹਾਸਿਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਤੇ ਸਕੂਲ ਪ੍ਰਬੰਧਨ ਨੂੰ ਇਸ ਯੋਗ ਉਪਰਾਲੇ ਲਈ ਵਧਾਈਆਂ ਵੀ ਦਿੱਤੀਆਂ। ਸਪ੍ਰਿੰਗਡੇਲ ਸਕੂਲ ਦੇ ਐਨੂਅਲ ਪ੍ਰੈਜੈਂਟੇਸ਼ਨ ਫੰਕਸ਼ਨ ਤੇ ਆ ਕੇ ਬਹੁਤ ਹੀ ਵਧੀਆ ਲੱਗਿਆ। ਬੱਚਿਆਂ ਨੇ ਬਹੁਤ ਮਿਹਨਤ ਕੀਤੀ ਹੋਈ ਹੈ ਪੜ੍ਹਾਈ ਦੇ ਨਾਲ ਨਾਲ, ਜਿਹੜਾ ਕੋ ਕਰਿਕੁਲਰ ਐਕਟੀਵਿਟੀਜ਼ ਮੈਡਮ ਵਾਲੀਆ ਨੇ ਇਹ ਕੀਤਾ ਹੋਇਆ ਹੈ, ਇਹਦੇ ਨਾਲ ਬਹੁਤ ਹੀ ਲੋਕਾਂ ਨੂੰ ਫਾਇਦਾ ਹੋਏਗਾ। ਬੱਚੇ ਜੋ ਅੱਜ ਇਹਨਾਂ ਪਾਰਟੀਸਪੇਟ ਕਰਦੇ ਆ ਐਕਟੀਵਿਟੀਜ਼ ਦੇ ਵਿੱਚ, ਵੱਡੇ ਹੋ ਕੇ ਡੈਫੀਨੇਟਲੀ ਦੇਸ਼ ਲਈ ਬਹੁਤ ਵੱਡਾ ਯੋਗਦਾਨ ਪਾਉਂਦੇ ਆ। ਜਿਹੜੇ ਬੱਚੇ ਸਿਰਫ ਪੜ੍ਹਾਈ 'ਚ ਬਿਜ਼ੀ ਰਹਿੰਦੇ ਆ ਜਾਂ ਕੁਛ ਵੀ ਨਹੀਂ ਕਰਦੇ, ਉਹੀ ਡਰੋਪ ਆਊਟ ਹੁੰਦੇ ਹਨ, ਉਹੀ ਮੁੜ ਕੇ ਕ੍ਰਿਮੀਨਲ ਐਕਟੀਵਿਟੀਜ਼ ਜਾਂਦੇ ਹਨ ਅਤੇ ਉਹੀ ਜਿਹੜੇ ਸਮਾਜ ਲਈ ਖਤਰਨਾਕ ਬਣਦੇ ਹਨ। ਸੋ ਮੈਡਮ ਵਾਲੀਆ, ਇਹਨਾਂ ਦੀ ਟੀਮ, ਇਹਨਾਂ ਦੇ ਪ੍ਰਿੰਸੀਪਲ, ਇਹਨਾਂ ਦੀ ਫੈਕਲਟੀ, ਸਾਰੇ ਪੇਰੈਂਟਸ, ਸਾਰੇ ਹੀ ਵਧਾਈ ਦੇ ਪਾਤਰ ਹਨ। ਇੰਨਾ ਕਹਿੰਦੇ ਹੋਏ ਮੈਂ ਇਹਨਾਂ ਨੂੰ ਦੁਆ ਕਰਾਂਗਾ ਵੀ ਇੱਦਾਂ ਹੀ ਸਕੂਲ ਦਿਨ ਦੁੱਗਣੀ ਰਾਤ ਚੁੱਗਣੀ ਤਰੱਕੀ ਕਰੇ। ਜ਼ਿੰਦਗੀ ਦੇ ਵਿੱਚ ਫੋਕਸ ਹੋਵੋ, ਮਿਹਨਤ ਕਰੋ, ਇਮਾਨਦਾਰੀ ਰੱਖੋ, ਸਕਸੈਸ ਤੁਹਾਨੂੰ ਮਿਲੇਗੀ ਮਿਲੇਗੀ। ਨਿਰਪੱਖ ਪੋਸਟ ਲਈ ਲੁਧਿਆਣਾ ਤੋਂ ਟਿੰਕੂ ਕੁਮਾਰ ਦੀ ਰਿਪੋਰਟ।